ਸਾਈਡ ਤੇ ਖੜੀ ਮਹਿਲਾ ਨੂੰ ਕਾਰ ਨੇ ਮਾਰੀ ਭਿਆਨਕ ਟੱਕਰ। ਮੌਕੇ ਤੇ ਹੀ ਹੋਈ ਮਹਿਲਾ ਦੀ ਮੌਤ। ਕਾਰ ਜਾ ਵੱਜੀ ਸਿੱਧਾ ਦਰਖਤ ਦੇ ਵਿੱਚ। ਇਲਾਜ ਦੌਰਾਨ ਚਾਲਕ ਦੀ ਵੀ ਗਈ ਜਾਨ। ਦੱਸ ਦਈਏ ਕਿ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿੱਥੇ ਇੱਕ ਕਾਰ ਨੇ ਮਹਿਲਾ ਨੂੰ ਭਿਆਨਕ ਟੱਕਰ ਮਾਰੀ ਹੈ, ਜਿਸ ਵਿੱਚ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਟੱਕਰ ਤੋਂ ਬਾਅਦ ਇਹ ਕਾਰ ਇੱਕ ਪੇੜ ਦੇ ਵਿੱਚ ਜਾ ਟੱਕਰਾਉਂਦੀ ਹੈ, ਜਿਸ ਕਾਰਨ ਕਾਰ ਚਾਲਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਇਲਾਜ ਦੇ ਦੌਰਾਨ ਇਸ ਕਾਰ ਚਾਲਕ ਦੀ ਵੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਟਾਂਡਾ ਤੋਂ ਸਾਹਮਣੇ ਆਇਆ ਜਿੱਥੇ ਧੁੰਦ ਦੇ ਕਾਰਨੇ ਵੱਡਾ ਹਾਦਸਾ ਹੋਇਆ, ਜਿੱਥੇ ਕਾਰ ਨੂੰ ਕਿਸੇ ਵਾਹਨ ਦੇ ਵੱਲੋਂ ਸਾਈਡ ਮਾਰ ਦਿੱਤੀ ਜਾਂਦੀ ਹੈ ਤਾਂ ਕਾਰ ਆਪਣਾ ਸੰਤੁਲਨ ਖੋ ਦਿੰਦੀ ਹੈ, ਜਿਸ ਤੋਂ ਬਾਅਦ ਇਹ ਇੱਕ ਸਾਈਡ 'ਤੇ ਖੜੀ ਮਹਿਲਾ ਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦੀ ਹੈ, ਜਿਸ ਕਾਰਨ ਉਸ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ ਕਾਰ ਅੱਗੇ ਜਾ ਕੇ ਇੱਕ ਦਰਖਤ ਦੇ ਵਿੱਚ ਜਾ ਵੱਜਦੀ ਹੈ ਅਤੇ ਕਾਰ ਚਾਲਕ ਉਸ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਇਲਾਜ ਦੇ ਦੌਰਾਨ ਉਸਦੀ ਵੀ ਮੌਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਹਾਦਸੇ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਵੱਡਾ ਸੜਕ ਹਾਦਸਾ ਟਾਂਡਾ ਦੇ ਵਿੱਚ ਹੋਇਆ ਜਿੱਥੇ ਧੁੰਦ ਦੇ ਕਾਰਨ ਇੱਕ ਕਾਰ ਨੂੰ ਕੋਈ ਵਾਹਨ ਇੱਕ ਸਾਈਡ ਮਾਰ ਦਿੰਦਾ ਹੈ, ਜਿਸ ਕਾਰਨ ਇਹ ਕਾਰ ਆਪਣਾ ਸੰਤੁਲਨ ਖੋ ਦਿੰਦੀ ਹੈ ਅਤੇ ਮਹਿਲਾ ਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦੀ ਹੈ ਜੋ ਕਿ ਇੱਕ ਸਾਈਡ 'ਤੇ ਖੜੀ ਸੀ ਅਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਅਤੇ ਕਾਰ ਦੀ ਸਪੀਡ ਜ਼ਿਆਦਾ ਹੋਣ ਕਰਕੇ ਇਹ ਅੱਗੇ ਜਾ ਕੇ ਇੱਕ ਦਰਖਤ ਦੇ ਵਿੱਚ ਵੱਜਦੀ ਹੈ, ਜਿਸ ਕਾਰਨ ਕਾਰ ਚਾਲਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਅਤੇ ਉਸਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਇਲਾਜ ਦੇ ਦੌਰਾਨ ਇਸ ਚਾਲਕ ਦੀ ਵੀ ਮੌਤ ਹੋ ਜਾਂਦੀ ਹੈ। ਸੁਬਹਾ ਇੱਕ ਐਕਸੀਡੈਂਟ ਰੜੇ ਮੋੜ 'ਤੇ ਹੋਇਆ, ਉਹਦੇ ਵਿੱਚ ਇੱਕ ਜਨਾਨੀ ਦੀ ਡੈਥ ਹੋਈ ਆ, ਦਲਵਿੰਦਰ ਕੌਰ ਪਤਨੀ ਗੱਜਣ ਸਿੰਘ ਪਾਸੀ ਭੂਲਪੁਰ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ। ਉਮਰ ਕਰੀਬ ਉਹਦੀ 64 ਸਾਲ ਸੀਗੀ। ਉਹ ਰੜੇ ਮੋੜ 'ਤੇ ਆਪਣੀ ਇੱਕ ਬੱਸ ਦੀ ਉਡੀਕ ਕਰ ਰਹੀ ਸੀ, ਉਹਨੇ ਟਾਂਡੇ ਨੂੰ ਆਉਣਾ ਸੀਗਾ ਅਤੇ ਉਸਦਾ ਪਤੀ ਵੀ ਉਹਦੇ ਲਾਗੇ ਨਜ਼ਦੀਕ ਖੜ੍ਹਾ ਸੀਗਾ ਅਤੇ ਇੱਕ ਕਾਰ ਵਰਨਾ ਨੰਬਰੀ ਸੀਗੀ PV02T0660 ਮਾਰਕਾ ਵਰਨਾ, ਇਹ ਸ਼੍ਰੀ ਹਰਗੋਬਿੰਦਪੁਰ ਸਾਈਡ ਤੋਂ ਆਈ ਸੀਗੀ ਅਤੇ ਧੁੰਦ ਦੇ ਕਾਰਨ ਇਹ ਰੜੇ ਮੋੜ 'ਤੇ ਇੱਕ ਕਾਰ ਇਹਦੇ ਮੂਹਰੇ ਰੁਕੀ ਅਤੇ ਉਹਨੂੰ ਓਵਰਟੇਕ ਕਰਕੇ ਘੁੰਮਾਉਣ ਲੱਗਾ ਅਤੇ ਮੂਹਰੇ ਜਨਾਨੀ ਖੜ੍ਹੀ ਸੀ ਦਲਵਿੰਦਰ ਕੌਰ, ਇਹ ਕਾਰ ਸਿੱਧੀ ਉਹਦੇ ਵਿੱਚ ਵੱਜੀ ਤੱਕ ਦਲਵਿੰਦਰ ਕੌਰ ਘੁੱਟ ਕੇ ਕੇ ਜਾ ਕੇ ਸਵੇਰੇ ਸੜਕ ਦੇ ਨਾਲ ਕਿਨਾਰੇ 'ਤੇ ਖਤਾਨਾ ਵਿੱਚ ਡਿੱਗ ਪਈ ਅਤੇ ਜਿਹੜੀ ਉੱਥੇ ਮੌਕੇ 'ਤੇ ਮੌਤ ਹੋ ਗਈ। ਕਾਰ ਬੇਕਾਬੂ ਹੋ ਕੇ ਜਾ ਕੇ ਦਰਖਾਸਤਾਂ ਦੇ ਵਿੱਚ ਟਕਰਾ ਗਈ ਤਾਂ ਜਿਹੜਾ ਉਹਦਾ ਚਾਲਕ ਸੀਗਾ ਅਜੇ ਪਾਲ ਸਨ ਆਫ ਰਾਜਵੀਰ ਸਿੰਘ ਵਾਸੀ ਭਾਮ ਥਾਣਾ ਸ਼੍ਰੀ ਹਰਗੋਬਿੰਦ ਜ਼ਿਲ੍ਹਾ ਬਟਾਲਾ, ਉਹ ਜ਼ਿਆਦਾ ਜ਼ਖਮੀ ਹੋਣ ਕਰਕੇ ਉਹਨੂੰ ਉੱਥੋਂ ਪਬਲਿਕ ਦੇ ਸਹਿਯੋਗ ਨਾਲ ਬਾਹਰ ਕੱਢ ਕੇ ਇੰਜਰਡ ਜ਼ਿਆਦਾ ਹੋਣ ਕਰਕੇ ਸਿਵਲ ਹਸਪਤਾਲ ਦਸੂਏ ਨੂੰ ਭੇਜਿਆ ਸੀਗਾ। ਜਿਹੜੀ ਉਹਦੀ ਰਸਤੇ ਵਿੱਚ ਜਾਂਦੇ ਦੀ ਉਹਦੀ ਵੀ ਮੌਤ ਹੋ ਗਈ। ਗੱਜਣ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਭੂਲਪੁਰ ਦੇ ਬਿਆਨਾਂ ਦੇ ਉੱਤੇ ਸਟੇਟਮੈਂਟ ਲੈ ਕੇ ਮੁਕੱਦਮਾ ਨੰਬਰ 25/18/1/24 ਅੰਡਰ ਸੈਕਸ਼ਨ 300 ਦਰਜ ਕਰਕੇ ਤਫਤੀਸ਼ ਹਮਲੇ 'ਚ ਲਿਆਂਦੀ ਜਾ ਰਹੀ ਹੈ।